दवाई लैके वापस आ रहे पति पत्नी नूं मंडी चौक विखे करोड़वेज दी बस ने मारी टक्कर। बस हेठ आउण नाल पत्नी दी मौके ते होई मौत। गुरदासपुर दे मंडी चौक विच इक दर्दनाक हादसा वापरिया जिथे एक पंजाब रोडवेज दी बस ने मोटरसाइकिल सवार पति पत्नी नूं टक्कर मार दिती। इस हादसे दौरान बस दे पिछले टायर हेठ आउण नाल महिला दी मौके ते ही मौत हो गई। फिलहाल मौके पर पहुंचे पुलिस अधिकारियों ने बस को कब्जे में ले लिया है। बस का ड्राइवर मौके तो भजन में कामयाब हो गया। पुलिस ने महिला की मृतक देह को पोस्टमार्टम के लिए भेज दिया है। मामले की जांच पड़ताल शुरू कर दी है। जीबीसी अपडेट के लिए गुरदासपुर तो अवतार सिंह की रिपोर्ट। ਨਾਂ ਮੇਰਾ ਰੂਪਮ ਸਿੰਘ ਆ, ਪਿੰਡ ਮੇਰਾ ਵਿਰਕੇ ਆ। ਇਹਦੇ ਕਹਿੰਦੀ ਮੇਰੇ ਪਹਿਲਾਂ ਨੂੰ ਬੁਖਾਰ ਹੋਇਆ ਸੀ ਅਤੇ ਇੱਥੇ ਦਾਖਲ ਕਰਾਈ, ਹੁਣ ਇੱਥੋਂ ਗਏ ਹਾਂ ਅਤੇ ਆਏ ਦੋ ਤਿੰਨ ਦਿਨ ਹੋਏ। ਕਹਿੰਦੀ ਮੇਰੇ ਗੁੱਟ ਬੜੇ ਪੀੜ ਕਰਦੇ, ਮੇਰੇ ਗੋਡੇ ਬੜੇ ਪੀੜ ਕਰਦੇ, ਮੋਢੇ। ਅਤੇ ਮੈਂ ਦੇਖੋ ਘਰ ਦਾ ਕੰਮ ਵੀ ਨਹੀਂ ਇਹਨੂੰ ਕਰਦੇ। ਮੈਂ ਕਿਹਾ ਚੱਲ ਤੂੰ ਰੋਟੀ ਪਕਾ ਲਾ, ਬਾਕੀ ਮੈਂ ਕਰ ਦਿੰਦਾ ਤੈਨੂੰ। ਭਾਂਡੇ ਆ ਮਾਂ ਜਿਹੜੇ ਸਾਰਾ ਬੜਾ ਘੁਮਾ ਦੇਣੇ। ਕਿਉਂਕਿ ਆਪਾਂ ਇੱਕ ਦੂਜੇ ਤੋਂ ਗੱਲ ਨਹੀਂ ਤੇਰੀ, ਇੱਕ ਮਿੰਟ ਵੀ ਆਪਣੇ ਪੇਕੇ ਭਾਵੇਂ ਵਿਆਹ ਬਰਾਤ ਚੜ੍ਹਦੀ ਹੈ, ਮੈਂ ਆ ਜਾਵਾਂਗਾ ਤਾਂ ਉਹਨੇ ਵੀ ਆ ਜਾਣਾ। ਇੱਕ ਮਿੰਟ ਵੀ ਮੇਰੇ ਪਰ ਕਿਤੇ ਸਬਜ਼ੀ ਲੈਣ ਵੀ ਜਾਣਾ, ਕਿੱਥੇ ਜਾਣਾ? ਕਿੱਥੇ ਹੋਈ ਘਟਨਾ? ਇਹ ਉਸ ਪਠਾਨਕੋਟ ਸ਼ਹਿਰ ਰੋਡ ਦੀ। ਕੀ ਕਰਨ ਡੇ ਤੁਸੀਂ, ਕਿੱਦਾਂ ਹੋਇਆ ਸਰ ਕੁਝ? ਅਸੀਂ ਉਹ ਟੈਸਟ ਕਰਾ ਕੇ ਆਉਂਦੇ ਸੀ ਅਤੇ ਉੱਥੇ ਆਲੂ ਗੰਢਿਆਂ ਦੀ ਦੁਕਾਨ ਹੈ ਬੜੀ ਤਗੜੀਆਂ। ਇਹ ਆਈ ਹੈ ਬੱਸ ਦੇ, ਇਹਨੇ ਪਤਾ ਨਹੀਂ ਕਿੱਦਾਂ ਕੱਟ ਮਾਰਿਆ, ਅਸੀਂ ਆਉਣ ਵੀ ਆਪਣੇ ਹੱਥ ਡੇ, ਉਹ ਹੈਂਡਲ ਦੇ ਨਾਲ ਵੱਜ ਗਈ। ਹੈਂਡਲ ਜਦੋਂ ਨਾਲ ਵੱਜਿਆ ਤਾਂ ਮੋਟਰਸਾਈਕਲ ਦੋਲ ਕੇ ਡਿੱਗ ਗਿਆ। ਥੱਲੇ ਆ ਗਈ? ਉਹ ਥੱਲੇ ਆ ਗਈ, ਮੈਂ ਸਾਈਡ 'ਤੇ ਡਿੱਗ ਗਿਆ, ਉਹ ਥੱਲੇ ਆ ਗਈ। ਡਰਾਈਵਰ ਡਰਾਈਵਰ ਦਾ ਤਾਂ ਮੈਂ ਵੇਖਿਆ ਹੀ ਨਹੀਂ, ਸਾਬਤਾ ਵੀ ਨਹੀਂ ਵੇਖਿਆ। ਮੈਂ ਮੇਰੇ ਤੋਂ ਜਦੋਂ ਮੇਰੀ ਜਾਨ ਹੀ ਨਿਕਲ ਗਈ ਤਾਂ ਮੈਨੂੰ ਕੀ, ਮੈਂ ਕਿਹਨੂੰ ਵੇਖਣਾ ਸੀ, ਕੀ ਮੰਗ ਕਰਨਾ ਸੀ? ਕੀ ਤੁਸੀਂ ਕਹਿੰਦੇ, ਕੀ ਮੰਗ ਕਰਦੇ? ਮੰਗ ਅਸੀਂ ਕਰਦੇ ਫਿਰ ਡਰਾਈਵਰ ਦੇ ਉੱਤੇ ਕਾਰਵਾਈ ਹੋਏ, ਮੇਰੀ ਘਰਦੀ ਦੀ ਡੈਥ ਹੋ ਗਈ ਆ। ਉਹਨੇ ਐਡੀ ਜ਼ੋਰ ਦੀ ਬੱਸ ਤੇਜ਼ ਨਹੀਂ ਲਿਆਉਣ ਡਿਆ, ਉਹਨੇ ਸਾਈਡ ਮਾਰੀ ਆ, ਸਾਨੂੰ ਸੁੱਟ ਦਿੱਤਾ, ਤੁਸੀਂ ਬੱਸ ਲੰਘ ਗਈ ਆ। ਕਿੰਨੀ ਉਮਰ ਸੀ ਉਹਨਾਂ ਦੀ? ਉਮਰ ਉਹਦੀ 40 ਸਾਲ ਹੀ, ਬੱਚੇ ਮੇਰੇ ਦੋ ਵਿਆਹ ਵਾਲੇ ਆ, ਇੱਕ ਵਿਆਹ ਆ, ਕੁੜੀਆਂ ਮੇਰੀਆਂ ਇੱਕ ਮਿੰਟਰ ਹੀ ਰਹਿੰਦੀਆਂ ਉਦੋਂ ਬਗੈਰ। ਅਸੀਂ ਤਲਾਹ ਮਿਲੀ ਆ ਥਾਣੇ ਮੁੱਖ ਮੰਤਰੀ ਡਾਣਾ ਸਿਟੀ ਗੁਰਦਾਸਪੁਰ ਤੋਂ ਵੀ ਆ, ਬੱਤਾਂ ਵਾਲੀ ਗਲੀ ਦੇ ਲਾਗੇ ਐਕਸੀਡੈਂਟ ਹੋਇਆ ਵਾ ਅਤੇ ਮੌਕੇ 'ਤੇ ਪਹੁੰਚਿਆ ਮੈਂ ਅਤੇ ਬੱਸ ਜਿਹੜੀ ਆ ਰੋਡਵੇਜ਼ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਵਾ ਅਤੇ ਬੀਬੀ ਦਾ ਮੇਰੀ ਲੇਡੀ ਆ ਉਹਦੇ ਟਾਇਰ ਟੂਰ ਲੰਘ ਗਿਆ, ਬੱਸ ਦਾ ਪਤਾ ਲੱਗਾ, ਉਹਦੀ ਤਬਦੀਸ ਜਿਹੜੀ ਆ ਉਹ ਗਾਹ ਅੰਮ੍ਰਿਤ ਵਿੱਚ ਨਦੀ ਜਾ ਰਹੀ ਹੈ। ਬੱਸ ਅਜੇ ਨਹੀਂ ਪਤਾ ਲੱਗਾ ਜਾਣਕਾਰੀ, ਬੱਸ ਵਾਲਾ ਬੱਪ ਤੋਂ ਭੱਜ ਗਿਆ ਜੀ। ਇਹ ਕਿਹੜੀ ਬੱਸ ਹੈ ਜੀ? ਬਟਾਲਾ ਟੂ ਭੂ ਰੋਡ ਇਹ ਜਨਾਨੀ ਆ ਉਹ ਉੱਥੇ ਲੈ ਕੇ, ਇਹ ਜਾਣਕਾਰੀ ਅਜੇ ਮਤਾਈ ਪਾਰਟੀ ਕੋਲ ਹਾਸਲ ਕਰ ਰਹੀ। ਬਾਕੀ ਕੀ ਕਰਨ ਲੱਗਦਾ ਜੀ ਜਿਹੜਾ ਬਾਟੇ ਤਲੇ ਆਉਂਦਾ ਜੀ? ਤੂੰ ਐਕਸੀਡੈਂਟ ਹੀ ਲਾਤਾ, ਕੋਈ ਲਾਪਰਵਾਹੀ ਆ ਕਿਸੇ ਦੀ ਜਾਂ ਡਰਾਈਵਰ ਦੀ ਲਾਪਰਵਾਹੀ ਜਾਂ ਲਾਪਰਵਾਹੀ ਲੈ ਕੇ ਹੋਸਪਿਟਲ ਲੈ ਕੇ ਗਏ, ਮੈਨੂੰ ਜਾਣਕਾਰੀ ਨਹੀਂ ਹੈਗੀ ਕਿਹੜੇ ਹਸਪਤਾਲ ਲੈ ਕੇ ਗਏ ਜੀ। ਤੁਹਾਡੇ ਵੱਲੋਂ ਕੀ ਕਰ ਰਹੀ ਆ ਮੈਂ ਜਾਣੀ ਗਈ? ਬੱਸ ਕਬਜ਼ੇ 'ਚ ਡਰਾਈਵਰ ਪੁਲਿਸ ਲਾਈਨ 'ਚ ਮੰਗਾ ਕੇ ਅਤੇ ਬੱਸ ਕਬਜ਼ੇ 'ਤੇ ਲੈਣ ਲੱਗੇ ਲੈ ਲਈ ਆ, ਅਤੇ ਉਸ ਤੋਂ ਬਾਅਦ ਕਾਰਵਾਈ ਜੋ ਕੋਈ ਕੋਈ ਚਿੱਟ ਹੁੰਦੀ ਆ ਹਸਪਤਾਲ ਤੋਂ ਪਤਾ ਲੱਗਦਾ ਕਿਹੜੇ ਹਸਪਤਾਲ ਦਾਖਲ ਆ ਬੀਬੀ, ਉਹਦੇ ਮੁਤਾਬਕ ਫਿਰ ਚਿੱਟਾ ਹਾਸਲ ਕਰਕੇ ਕਾਰਵਾਈ ਹੋਵੇ ਅਤੇ ਨਦੀ ਆਉਗੀ।